ਰੇਤਬਾਤ ਸਵਾਗਤ ਹੈ ਜੀ। ਵਿਚਾਰ ਵਟਾਂਦਰਾ ਸਾਡਾ ਜਾਰੀ ਹੈ ਔਰ ਬਹੁਤ ਸਾਰੇ ਦਰਸ਼ਕ ਸਾਨੂੰ ਕਾਲ ਕਰ ਰਹੇ ਨੇ, ਉਹਨਾਂ ਦੇ ਪ੍ਰਤੀਕਰਮ ਅਸੀਂ ਜਾਣ ਲਈਏ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ, ਕਿੱਥੋਂ ਬੋਲ ਰਹੇ? ਹਾਂਜੀ, ਸਤਿ ਸ਼੍ਰੀ ਅਕਾਲ ਜੀ, ਤੁਹਾਨੂੰ ਸਾਰਿਆਂ ਨੂੰ 15 ਅਗਸਤ ਦੀ ਬਹੁਤ ਬਹੁਤ ਵਧਾਈ ਹੋਵੇ ਅੱਜ। ਜੀ ਜੀ, ਤੁਹਾਨੂੰ ਵੀ ਹੋਵੇ ਜੀ, ਬਹੁਤ ਬਹੁਤ, ਤੁਹਾਡੇ ਪੂਰੇ ਪਰਿਵਾਰ ਨੂੰ ਹੋਵੇ ਜੀ। ਜੀ ਜੀ, ਥੈਂਕ ਯੂ ਜੀ, ਥੈਂਕ ਯੂ। ਅੱਛਾ ਜੀ, ਤੁਸੀਂ ਬਹੁਤ ਸੋਹਣੀਆਂ ਗੱਲਾਂ ਮੈਂ ਸੁਣਦੇ ਹਾਂ ਜੀ, ਤੇ ਇੱਕ ਦੋ ਚੀਜ਼ਾਂ ਮੈਂ ਵੀ ਐਡ ਕਰਨਾ। ਇੱਕ, ਤੁਸੀਂ ਕਿਹਾ ਕਿ ਆਪਾਂ ਕਿੱਦਾਂ ਅੱਗੇ ਵੱਧ ਸਕਦੇ ਹਾਂ ਜੀ, ਹਾਂਜੀ ਜੀ। ਇਹ ਹੈਗਾ ਕਿ ਪਹਿਲਾਂ ਤਾਂ ਮੈਂ ਇਹ ਕਹੂੰਗਾ ਕਿ ਆਜ਼ਾਦੀ ਆਜ਼ਾਦੀ ਆ, ਕਈ ਵਾਰੀ ਆਪਾਂ ਨੂੰ ਇੰਪਰੂਵ ਕਰਨ ਲਈ ਕਾਫੀ ਟਾਈਮ ਲੱਗ ਜਾਂਦਾ। ਮੈਂ ਆਮ ਲੋਕਾਂ ਚ ਕਰੀਨਾ ਹੁੰਦਾ ਕਿ ਤੁਸੀਂ ਇਹਨਾਂ ਏਦਾਂ ਨਾ ਕਰੋ ਕਿ ਅਮੈਰੀਕਾ ਜਾਂ ਕੈਨੇਡਾ ਜਾਂ ਇੰਗਲੈਂਡ ਆ ਗਏ ਤਾਂ ਆਪਾਂ ਇਹਨਾਂ ਦੇਸ਼ਾਂ ਨਾਲ ਉਹਨੂੰ ਕੰਪੇਅਰ ਕਰਨ ਲੱਗ ਪਈਏ, ਕਿਉਂਕਿ ਆਪਾਂ ਹਾਲੇ ਥੋੜੇ ਸਾਲ ਹੀ ਪਹਿਲਾਂ ਆਜ਼ਾਦ ਹੋਏ ਹਾਂ। ਇਨਫੈਕਟ ਆਪਣੀ ਜਿਹੜੀ ਇਕੋਨਮੀ ਆਜ਼ਾਦ ਹੋਈ ਆ 90s ਦੇ ਵਿੱਚ ਜਾ ਕੇ, ਉਹ ਤੋਂ ਪਹਿਲਾਂ ਕਾਫੀ ਆਪਣੀ ਇਕੋਨਮੀ ਕਲੋਜ਼ ਸੀਗੀ, ਇਸ ਕਰਕੇ ਆਪਣਾ ਜਿਹੜਾ ਵਿਕਾਸ ਬਹੁਤਾ ਨਹੀਂ ਹੋ ਸਕਿਆ। ਤੇ ਹੁਣ ਅੱਜ ਦੇ ਹਾਲਾਤਾਂ ਵਿੱਚ ਮੈਂ ਕਹੂੰਗਾ ਕਿ ਹਰ ਕੋਈ ਬੰਦਾ ਆਪਣਾ ਯੋਗਦਾਨ ਪਾਵੇ ਜੀ। ਜਿੱਥੇ ਆਪਾਂ ਸਿਆਸਤਦਾਨਾਂ ਨੂੰ ਕਹਿੰਦੇ ਆ ਨਾ ਕਿ ਤੁਸੀਂ ਵੀ ਆਹ ਕਦੋਂ ਆਹ ਕਦੋਂ ਆਹ ਕਦੋਂ ਆ ਕਿਉਂ ਨਹੀਂ ਕਰਦੇ, ਉੱਥੇ ਸਾਡੀਆਂ ਜਿਹੜੀ ਵਿਰੋਧੀ ਪਾਰਟੀਆਂ ਨਾ ਉਹਨਾਂ ਦਾ ਵੀ ਬਹੁਤ ਵੱਡਾ ਰੋਲ ਆ ਜੀ, ਕਿਉਂਕਿ ਹਰ ਗੱਲ ਦੇ ਉੱਤੇ ਵਿਰੋਧ ਹੀ ਕਰੀ ਜਾਣਾ, ਜਲਸੇ ਕਰੀ ਜਾਣੇ, ਧਰਨੇ ਦੇਈ ਜਾਣੇ, ਪਹਿਲੀ ਅਪ੍ਰੈਲ ਤੋਂ ਲੈ ਕੇ 10 ਅਪ੍ਰੈਲ ਤੱਕ ਪੰਜਾਬ ਵਿੱਚ ਹਰ ਰੋਜ਼ ਇੱਕ ਧਰਨਾ ਲੱਗਿਆ। ਹੁਣ ਤੁਸੀਂ ਦੱਸੋ ਕਿ ਵਿਚਾਰੀ ਗਵਰਨਮੈਂਟ ਕੀ ਕਰੇ, ਹੈ ਪੁਲਿਸ ਵਾਲੇ ਕੀ ਕਰਨ, ਕਿਉਂਕਿ ਉਹ ਧਰਨੇ ਨੂੰ ਸਾਂਭਣ ਤੇ ਲੱਗੇ ਵਾ, ਤੇ ਜਿਹੜੇ ਬਦਮਾਸ਼ ਜਾਂ ਡਾਕੂ ਆ ਜਾਂ ਚੋਰ ਉਹ ਆਪਣਾ ਕੰਮ ਕਰੀ ਜਾਂਦੇ ਆ ਜੀ। ਹਾਂਜੀ, ਸੋ ਇਸ ਤਰ੍ਹਾਂ ਵਿਰੋਧੀ ਪਾਰਟੀਆਂ ਵੀ ਇਹਨਾਂ ਕਈ ਵਾਰੀ ਚੰਗਾ ਰੋਲ ਨਹੀਂ ਕਰਦੀਆਂ, ਤੇ ਇਹਦੇ ਲੋਕ ਜਿਹੜੇ ਅਖਬਾਰਾਂ ਵਾਲੇ ਵੀ ਮੈਂ ਕਹੂੰਗਾ ਬੇਸ਼ੱਕ ਸਾਡੇ ਤਾਂ ਉਹ ਖਬਰਾਂ ਪਹੁੰਚਾਉਂਦੇ ਆ, ਪਰ ਕਈ ਵਾਰੀ ਇਹਨੇ ਉਹ ਸੁਰਖੀਆਂ ਬਟੋਰਨ ਲਈ ਮੌਜੂਦਾ ਗਵਰਨਮੈਂਟ ਦੇ ਖਿਲਾਫ਼ ਥੋੜਾ ਜ਼ਿਆਦਾ ਹੋ ਜਾਂਦੇ ਆ ਜੀ। ਸੋ ਉਹ ਵੀ ਆਪਣਾ ਯੋਗਦਾਨ ਸਾਂਭਦੇ, ਕਰਕੇ ਇਹ ਜ਼ਰੂਰ ਸੋਚੋ ਆਪਣਾ ਵਿਕਾਸ ਜ਼ਰੂਰ ਹੋ ਰਿਹਾ, ਕੋਈ ਝੂਠ ਨਹੀਂ, ਠੀਕ ਆ। ਲੇਕਿਨ ਇਸ ਵੇਲੇ ਕੰਪੀਟੀਸ਼ਨ ਵੀ ਬਹੁਤ ਆ, ਇਸ WTO ਦਾ ਜ਼ਮਾਨਾ ਵਧੀਆ, ਉਹ ਮਾਰਕੀਟ ਓਪਨ ਆ, ਤੇ ਇਸ ਕਰਕੇ ਜੇਕਰ ਆਪਾਂ ਨਹੀਂ ਨਾ ਆਪਣੀ ਜਿਹੜੀ ਪ੍ਰੋਡਕਟਿਵਿਟੀ ਆ ਨਹੀਂ ਵਧਾਉਂਦੇ ਕਰੈਕਟ ਚੰਗੀ ਤਰ੍ਹਾਂ, ਅਸੀਂ ਨਹੀਂ ਸਾਹਮਣੇ ਲੈ ਕੇ ਆਉਂਦੇ ਆ, ਬਿਲਕੁਲ ਸਾਡਾ ਟੀਚਾ ਨਹੀਂ ਹੈਗਾ। ਸਾਡਾ ਟੀਚਾ ਹੈਗਾ ਕਿ ਇਹ ਤੁਹਾਡਾ ਦਰਬਾਰ ਹੈ, ਇਸ ਦਰਬਾਰ ਦੇ ਵਿੱਚ ਤੁਸੀਂ ਫੈਸਲਾ ਕਰਨਾ, ਹੋਰ ਜੋ ਤੁਸੀਂ ਕਰਦੇ ਵੀ ਕਾਲ ਕਰਦੇ ਸਾਡੇ ਜਿਹਨੇ ਬਹੁਤ ਵਧੀਆ ਕਰਦੇ ਆ ਜੀ ਜੀ। ਮੈਂ ਤੁਹਾਨੂੰ ਵੈਸੇ ਨਹੀਂ ਕਿਹਾ ਜੀ, ਤੁਸੀਂ ਬਹੁਤ ਸੋਹਣਾ ਕਰ ਰਹੇ ਆ, ਕਈ ਅਖਬਾਰਾਂ ਹੈਗੀਆਂ ਜਾਂ ਰੇਡੀਓ ਹੈਗੀ ਉਹ ਜ਼ਿਆਦਾ ਲੋਕਾਂ ਨੂੰ ਨਾ ਪੁਆਇੰਟ ਅਪ ਕਰ ਦਿੰਦੇ ਆ। ਐਨੀਵੇ ਮੈਂ ਬਹੁਤਾ ਟਾਈਮ ਨਹੀਂ ਲੈਣਾ, ਹੋਰ ਕੋਲ ਵੇਟ ਕਰਦੇ, ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦਾ, ਕੋਈ ਫਿਕਰ ਨਾ ਕਰੋ, ਇਹਨੂੰ ਟਾਈਮ ਲੱਗੇਗਾ, ਆਪਾਂ ਸੁਪਰ ਪਾਵਰ ਬਣਨ ਵਾਲੇ ਆ ਔਰ ਇੰਡੀਆ ਨੂੰ ਵੀਟੋ ਮਿਲੇਗੀ, ਆਪਣੇ ਜਿਹਦੇ ਜਾਗਦਿਆਂ ਮਿਲੇਗੀ, ਚਿੰਤਾ ਰੱਖਿਓ, ਠੀਕ ਹੈ ਜੀ। ਇਟਸ ਅ ਨੀਡ ਆਫ ਯੂਨਿਟੀ, ਯੂਨਾਈਟ ਹੋਣ ਦੀ ਲੋੜ ਹੈਗੀ ਆ ਜੀ। ਬਹੁਤ ਬਹੁਤ ਧੰਨਵਾਦ, ਥੈਂਕ ਯੂ ਜੀ। ਮੇਰੇ ਨਾਲ ਹੋਰ ਵੀ ਕਾਲਰ ਜੁੜ ਰਹੇ ਨੇ, ਉਹਨਾਂ ਦੀ ਵੀ ਕਾਲਸ ਲੈ ਲਈਏ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਅੱਜ ਤੱਕ ਕਿਸੇ ਤੋਂ ਪੈਸਾ ਨਹੀਂ ਮੰਗਿਆ ਜੀ, ਨਹੀਂ ਮੰਗਿਆ ਨਾ। ਬਾਕੀ ਚੈਨਲ ਸਾਰੇ ਦਿਨ ਰਾਤ ਇਹ ਮਰ ਚੱਲੇ ਹੋਏ, ਸਾਨੂੰ ਪੈਸੇ ਦੇ ਦੇ ਹੋਏ, ਜੇ ਮਰ ਚੱਲੇ ਤਾਂ ਮਰ ਜਾਓਗੇ ਚਾਹੇ ਜੋ ਮਰਜ਼ੀ ਹੋ ਜਾਏ। ਦੇ ਨੈਵਰ ਆਸਕ ਫੋਰ ਮਨੀ, ਔਰ ਕਦੀ ਵੀ ਉਹ ਨਹੀਂ ਮੰਗਦੇ, ਔਰ ਨਾ ਹੀ ਉਹਨਾਂ ਦੀ ਕਦੀ ਇਹ ਸੋਚ ਹੈਗੀ ਹੈ, ਔਰ ਇਹੀ ਪੂਰੀ ਟੀਮ ਦਾ ਵੀ ਸਾਡੀ ਸੋਚ ਹੈਗੀ ਹੈ। ਅਸੀਂ ਸਿਰਫ ਉਹਨਾਂ ਗੱਲਾਂ ਨੂੰ ਤੁਹਾਡੇ ਸਾਹਮਣੇ ਲੈ ਕੇ ਆਉਂਦੇ ਹਾਂ, ਔਰ ਤੁਸੀਂ ਖੁਦ ਆਪ ਫੈਸਲਾ ਕਰਦੇ ਹੋ। ਦੂਜੇ ਮੀਡੀਆ ਹਾਊਸਿਸ ਜੋ ਕਿ ਨਿਰੰਤਰ ਆ ਕੇ ਪੈਸਿਆਂ ਦੀ ਮੰਗ ਕਰਦੇ ਹਨ ਔਰ ਮੀਡੀਆ ਹਾਊਸਿਸ ਨੂੰ ਚਲਾਉਂਦੇ ਹਨ, ਅਸੀਂ ਉਹਨਾਂ ਦੇ ਵਿੱਚੋਂ ਨਹੀਂ ਹੈਗੇ। ਬਿਲਕੁਲ, ਤੁਸੀਂ ਸਹੀ ਫਰਮਾਇਆ ਜੀ, ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ, ਹਰਕੀਰ ਸਿੰਘ ਜੀ, ਸਤਿ ਸ਼੍ਰੀ ਅਕਾਲ, ਬਲਿਹਾਰ ਸਿੰਘ ਰੰਧਾਵਾ ਬੋਲਦਾ ਬੇਟਾ ਜੀ। ਜੀ ਰੰਧਾਵਾ ਜੀ, ਠੀਕ ਹੋ? ਹਾਂ ਮੈਂ ਠੀਕ ਹਾਂ, ਤੇ ਮੈਂ ਜੇ ਬ੍ਰੇਕ ਆ ਗਈ ਮੈਂ ਹੋਲਡ ਕਰ ਲੂੰ, ਮੈਂ ਸਿਰਫ ਦੋ ਹੀ ਗੱਲਾਂ ਕਰਨੀਆਂ, ਤੇ ਤੁਹਾਡੇ ਸਾਰੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਉਹਦੇ ਨਾਲ
ਕਈ ਗੱਲਾਂ ਜਿਹੜੇ ਸ਼ੰਕੇ ਆ ਉਹ ਦੂਰ ਹੋਣਗੇ ਤੇ ਨਾਲ ਮੈਂ ਫੈਕਟ ਤੇ ਗੱਲ ਕਰੂੰਗਾ। ਬਿਲਕੁਲ, ਗੋ ਅਹੈਡ ਰੰਧਾਵਾ ਜੀ, ਤੁਸੀਂ ਕਹੋ ਆਪਣੀ ਗੱਲ। ਹਾਂਜੀ, ਵੈਸੇ ਮੈਂ ਕਵੀ ਹਾਂ, ਮੈਂ ਕਵਿਤਾ ਨਹੀਂ ਸੁਣਾਊਂਗਾ ਅੱਜ, ਮੈਂ ਸਿਰਫ ਗੱਲ ਇਹ ਕਰੂੰਗਾ ਕਿ ਮੇਰੇ ਦੋ ਪਿਆਰੇ ਮਿੱਤਰ ਭੋਗਲ ਸਾਹਿਬ ਤੇ ਹਰਭਜਨ ਸਿੰਘ ਜੂਣੀ ਦੋਨੇ ਮੇਰੇ ਬੜੇ ਪਿਆਰੇ, ਮੈਂ ਉਹਨਾਂ ਨੂੰ ਸੁਣਦਾ ਆ ਤੇ ਦੋਨਾਂ ਦੇ ਇਹਨਾਂ ਦੇ ਗੱਲਾਂ ਤੇ ਮੈਂ ਗੱਲ ਕਰਨ ਲੱਗਿਆ ਵੀ 1947 ਦੇ ਵਿੱਚ ਆਜ਼ਾਦੀ ਮਿਲੀ ਹਿੰਦੁਸਤਾਨ ਨੂੰ, 1947 ਦੇ ਵਿੱਚ ਜਿਹੜਾ ਪੰਜਾਬ ਦਾ ਪਾਣੀ 1947 ਤੋਂ ਪਹਿਲਾਂ ਜਿਹੜਾ ਬੀਕਾਨੇਰ ਨੂੰ ਪਾਣੀ ਜਾਂਦਾ ਸੀ ਉਹਦਾ ਮੁੱਲ ਮਿਲਦਾ ਸੀ ਪੰਜਾਬ ਨੂੰ, ਉਹਦਾ ਇਫਜ਼ਾਨਾ ਮਿਲਦਾ ਸੀ 1947 ਤੋਂ ਪਹਿਲਾਂ। ਜਦੋਂ ਦੇਸ਼ ਆਜ਼ਾਦ ਹੋਇਆ ਬਾਕੀ ਕਿਸੇ ਸੂਬੇ ਦੇ ਵਿੱਚ ਰਾਪੇਰੀਅਨ ਲੋਅ ਨੂੰ ਨਹੀਂ ਤੋੜਿਆ ਗਿਆ, ਸਿਰਫ ਪੰਜਾਬ ਦੇ ਵਿੱਚ ਰਾਪੇਰੀਅਨ ਲੋਅ ਨੂੰ ਤੋੜ ਕੇ ਇਹ ਜਿਹੜਾ ਬੀਕਾਨੇਰ ਨੂੰ ਪਾਣੀ ਜਾਂਦਾ ਸੀ ਇਹ ਮੁਕਤ ਕਰ ਦਿੱਤਾ ਗਿਆ। ਪੰਜਾਬ ਦਾ ਜਿਹੜਾ ਪਾਣੀ ਜਿਹੜਾ ਰੋਜ਼ਾਨਾ ਮਿਲਦਾ ਸੀ ਨਾ ਇਹ ਹਿੰਦੁਸਤਾਨ 'ਚ ਪਹਿਲਾਂ ਪੰਜਾਬ ਨੂੰ ਦੱਸਿਆ ਵੀ ਆਜ਼ਾਦੀ ਮਿਲ ਗਈ ਹਿੰਦੁਸਤਾਨ ਨੂੰ, ਇਹ ਪੰਜਾਬ ਤੈਨੂੰ ਅਸੀਂ ਕਸਿਆਰਾ ਬਣਾਉਣਾ, ਤੈਨੂੰ ਗੁਲਾਮ ਬਣਾਉਣਾ, ਤੈਨੂੰ ਕੱਖ ਜੋਗਾ ਨਹੀਂ ਛੱਡਣਾ। ਜਿਹੜਾ ਅੱਜ ਕਰਜ਼ਾ ਪੰਜਾਬ ਦੇ ਸਰ 2,40,000 ਕਰੋੜ ਰੁਪਈਏ ਦਾ ਕਰਜ਼ਾ ਨਾ ਪੰਜਾਬ ਸਰ, ਜੇ ਉਹ ਪਾਣੀ ਦਾ ਮੁੱਲ ਓਨਾ ਹੀ ਲੈਂਦੇ ਰਹਿੰਦੇ ਜਿੰਨਾ 47 'ਚ ਮਿਲਦਾ ਸੀ, ਇਹਦੇ ਨਾਲੋਂ 15 ਗੁਣਾ, ਜਾਣੀ ਕਿ ਕਹਿੰਦੇ ਵੀ 40 ਲੱਖ ਕਰੋੜ ਰੁਪਈਆ ਹੁਣ ਤੇ ਇਹਨੂੰ ਜ਼ਿਆਦਾ ਦੱਸ ਦੇ ਉਹਦੇ ਮੈਂ ਘੱਟ ਗਿਆ, ਵੈਸੇ 60 ਲੱਖ ਕਰੋੜ ਰੁਪਈਆ ਉਸ ਪਾਣੀ ਦਾ ਬਣਦਾ। ਜੇ ਉਹ ਪਾਣੀ ਦਾ ਸਾਨੂੰ ਮੁੱਲ ਮਿਲਦਾ ਰਹਿੰਦਾ ਤਾਂ ਮੇਰਾ ਖਿਆਲ ਹੈ ਅੱਧੇ ਪੰਜਾਬੀਆਂ ਨੂੰ ਪੰਜਾਬ ਛੱਡ ਕੇ ਵਿਦੇਸ਼ ਨਹੀਂ ਸੀ ਆਉਣਾ ਪੈਣਾ, ਇੰਨਾ ਪੰਜਾਬ ਖੁਸ਼ਹਾਲ ਹੋਣਾ ਸੀ। ਸਾਨੂੰ ਪੰਜਾਬੀਆਂ ਨੂੰ ਉਜਾੜੇ ਦਾ ਵੱਡਾ ਕਾਰਨ ਬਣਿਆ ਕਿਉਂਕਿ ਪੰਜਾਬ ਦਾ ਜਿਹੜਾ ਪਾਣੀ ਜਿਹੜਾ ਮੁੱਲ ਮਿਲਦਾ ਸੀ ਜਦੋਂ ਤੋਂ ਨਹਿਰਾਂ ਨਿਕਲੀਆਂ ਅੰਗਰੇਜ਼ ਰਾਜ ਦੇ ਸਮੇਂ, ਉਹ ਪਾਣੀ ਪੰਜਾਬ ਨੂੰ ਬਾਕੀ ਸੂਬਿਆਂ ਵਾਂਗੂ ਇਹਦਾ ਮੁੱਲ ਇਹਨੂੰ ਮਿਲਦਾ ਇਹ ਰਾਪੇਰੀਅਨ ਲੋਅ ਦੇ ਹਿਸਾਬ ਨਾਲ। ਇਹ ਸਾਨੂੰ ਆਜ਼ਾਦੀ ਦਾ ਪਹਿਲਾ ਤੋਹਫਾ ਮਿਲਿਆ। ਨੰਬਰ 2 ਤੇ ਹਰਕੀਤ ਸਿੰਘ ਜੀ, 1950 ਦੇ ਵਿੱਚ ਪਹਿਲੀ ਪਾਰਲੀਮੈਂਟੇਰੀਅਨ ਜਿਹੜੀ ਬੈਠਕ ਹੋਈ ਆ ਨਾ, ਪਹਿਲੇ ਸੈਸ਼ਨ ਦੇ ਵਿੱਚ ਇੱਕ ਮਤਾ ਪਾਸ ਕਰਤਾ ਵੀ ਜਿਹੜੇ ਲੋਕ ਪੰਜਾਬ ਪਾਕਿਸਤਾਨ ਤੋਂ ਉੱਜੜ ਕੇ ਇੱਧਰ ਆਏ ਆ ਉਹਨਾਂ ਨੂੰ ਪਹਿਲਾਂ, ਉਦੋਂ ਪੰਡਿਤ ਨਹਿਰੂ ਪ੍ਰਧਾਨ ਮੰਤਰੀ ਸੀਗੇ ਤੇ ਵੱਲਭ ਭਾਈ ਪਟੇਲ ਸੀਗੇ ਗ੍ਰਹਿ ਮੰਤਰੀ, ਪਹਿਲਾ ਮਤਾ ਪਾਸ ਕੀਤਾ ਗਿਆ ਤੇ ਉਧਰੋਂ ਆਏ ਜਿਹੜੇ ਸਿੱਖ ਲੋਕ ਹੈ ਜਰਾਇਮ ਪੇਸ਼ਾ ਲੋਕ ਆ ਇਹਨਾਂ ਉੱਪਰ ਨਿਗਾਹ ਰੱਖੀ ਜਾਵੇ। ਉਹ ਸਰਕੂਲਰ ਜਾਰੀ ਹੋਇਆ ਤੇ ਹਿੰਦੁਸਤਾਨ ਦੀ ਬਿਊਰੋਕਰੇਸੀ ਦੇ ਵਿੱਚ ਦਿਮਾਗ ਦੇ ਵਿੱਚ ਮਾਇੰਡ ਸੈੱਟ ਹੋ ਗਿਆ ਤੇ ਇਹਨਾਂ ਲੋਕਾਂ ਤੇ ਨਜ਼ਰ ਰੱਖੀ ਜਾਵੇ। ਹੁਣ ਜਦੋਂ ਪੰਜਾਬ ਮਰ ਰਿਹਾ ਸੀ ਤੇ ਪੰਜਾਬ ਦੇ ਪਾਣੀ ਲਈ ਜਦੋਂ ਪੰਜਾਬ ਮਰ ਰਿਹਾ ਸੀ, ਇਕੱਲੇ ਸਿੱਖ ਨਹੀਂ ਸੀ ਮਰ ਰਹੇ, ਜਦੋਂ ਮੋਰਚਾ ਲਾਇਆ ਪੰਜਾਬ ਵਾਸਤੇ, ਮੈਨੂੰ ਕੋਈ ਵੀ ਬੰਦਾ ਦੱਸ ਦੇਵੇ ਭਈ ਪੰਜਾਬ ਦੇ ਇਸ ਧਰਮ ਦਾ ਵਿਸ਼ਾ ਨਹੀਂ ਸੀ ਇਹ, ਕੋਈ ਧਰਮ ਦਾ ਵਿਸ਼ਾ ਨਹੀਂ ਸੀ। ਮੈਨੂੰ ਦੱਸੋ ਕਿ ਨੌਨ ਸਿੱਖ ਨੇ ਕਿਸੇ ਨੇ ਪੰਜਾਬ ਦਾ ਪਾਣੀ ਰੋਕਣ ਵਾਸਤੇ ਐਜੀਟੇਸ਼ਨ ਕੀਤੀ ਆ? ਜੇ ਕੀਤੀ ਆ ਤਾਂ ਮੈਂ ਮਾਫੀ ਮੰਗ ਲਊਂਗਾ। ਪੰਜਾਬ ਦੀ ਆਰਥਿਕਤਾ ਦਾ, ਪੰਜਾਬ ਦੀ ਲੁੱਟ ਖਸੁੱਟ ਦਾ ਮਸਲਾ ਸੀ, ਇਕੱਲੇ ਸਿੱਖੇ ਕਿਉਂ ਮਰੇ ਆ ਉੱਥੇ, ਇਕੱਲੇ ਸਿੱਖਾਂ ਨੂੰ ਕਿਉਂ ਗ੍ਰਿਫਤਾਰੀਆਂ ਦੇਣੀਆਂ ਪਈਆਂ? ਸਿਰ ਇਸ ਇਸ਼ੂ ਦੇ ਉੱਤੇ ਤਕਰੀਬਨ 1.5 ਲੱਖ ਮੁੰਡਾ ਪੰਜਾਬ ਦਾ ਮਾਰ ਕੇ ਮਿੱਟੀ 'ਚ ਦਬਾ ਦਿੱਤਾ ਗਿਆ। ਕਾਹਦੇ ਵਾਸਤੇ? ਤੇ ਅਸੀਂ ਪੰਜਾਬ ਦਾ ਪਾਣੀ ਨਹੀਂ ਬਾਹਰ ਜਾਣਾ, ਮੋਰਚਾ ਪੰਜਾਬ ਤੋਂ ਪਾਣੀ ਕਿਉਂ ਲੱਗਾ ਸੀ? ਹੁਣ ਸਿੱਖ ਨਹੀਂ ਧਰਮ ਦਾ ਮਸਲਾ ਬਣਾਉਂਦੇ ਹਰਕੀਰ ਸਿੰਘ ਜੀ, ਮਸਲਾ ਤਾਂ ਕੇਂਦਰ ਬਣਾਉਂਦੀ ਆ ਧਰਮ ਦੇ ਨਾਂ ਤੇ। ਮੋਰਚਾ ਤਾਂ ਲੱਗਾ ਸੀ ਆਰਥਿਕਤਾ ਦੇ ਆਧਾਰ ਤੇ, ਮੋਰਚਾ ਤਾਂ ਲੱਗਾ ਸੀ ਪੰਜਾਬ ਦੀ ਲੁੱਟ ਖਸੁੱਟ ਉੱਤੇ, ਮੋਰਚਾ ਤਾਂ ਲੱਗਾ ਸੀ ਪੰਜਾਬ ਦੀ ਬੋਲੀ ਉੱਤੇ, ਮੋਰਚਾ ਤਾਂ ਲੱਗਾ ਸੀ ਪੰਜਾਬ ਦੇ ਹੱਕਾਂ ਉੱਤੇ। ਉਹਨੂੰ ਧਰਮ ਦਾ ਇਸ਼ੂ ਬਣਾਇਆ ਕਿਹਨੇ ਆ? ਸਿੱਖਾਂ ਨੇ ਨਹੀਂ ਬਣਾਇਆ ਹੈ। ਮੈਂ ਬੇਨਤੀ ਕਰਾਂ ਭਈ ਜਰਾਇਮ ਪੇਸ਼ਾ ਲੋਕ ਕਿਹਨੇ ਗਿਆ ਸੀ? ਉੱਜੜ ਕੇ ਅਸੀਂ ਆਪ ਆਏ ਸੀ, ਉਜਾੜਿਆ ਗਿਆ ਸੀ ਉਧਰੋਂ, ਬਟਾਂਦਰੇ ਦੋਹੀ ਪਾਸੇ ਹੋਏ ਸੀ। ਜਿਹੜੇ ਇਧਰੋਂ ਹਿੰਦੁਸਤਾਨ ਚੋਂ ਉੱਜੜ ਕੇ ਉੱਧਰ ਗਏ ਪਾਕਿਸਤਾਨ ਚ, ਉਹਨੇ ਉਹਨਾਂ ਨੂੰ ਜਰਾਇਮ ਪੇਸ਼ਾ ਲੋਕਾਂ ਦੀ ਕੌਮ ਕਿਹਾ? ਸਾਨੂੰ ਕਿਉਂ ਕਿਹਾ ਗਿਆ ਵੀ ਜਰਾਇਮ ਪੇਸ਼ਾ ਲੋਕਾਂ ਦੀ? ਅੱਜ ਤੱਕ ਤੇ ਸਰਦਾਰ ਕਪੂਰ ਸਿੰਘ ਜੀ ਜਿਹੜੇ DC ਸੀ ਜਲੰਧਰ ਦੇ ਉਸ ਵੇਲੇ, ਪਹਿਲੇ DC ਜਿਹਨਾਂ ਨੇ ਪਾੜ ਕੇ ਸਰਕੂਲਰ ਸਿੱਟਿਆ, ਤੇ ਸਰਦਾਰ ਕਪੂਰ ਸਿੰਘ ਜੀ ਸਾਚੀ ਸਾਖੀ ਪੜ੍ਹ ਲਓ, ਉਹਨਾਂ ਨੇ ਆਪਣੀ ਨੌਕਰੀ ਨੂੰ ਲੱਤ ਮਾਰੀ, ਆਪਣੀ ਰੋਟੀ ਰੋਜੀ ਨੂੰ ਲੱਤ ਮਾਰੀ, ਆਖਿਆ ਇਹ ਅੰਨਾ ਕਾਨੂੰਨ, ਇਹ ਸਾਡੇ ਗੁਲਾਮੀ ਮਿਲੀ ਆ, ਸਾਨੂੰ ਆਜ਼ਾਦੀ ਨਹੀਂ ਮਿਲੀ। ਮੈਂ ਬਾਕੀ ਜੀ ਮੇਰੀ ਇੱਕ ਗੱਲ ਤੁਸੀਂ ਮੈਨੂੰ ਚੇਤੇ ਕਰਾਤੀ, ਇੱਥੇ ਸਾਨੂੰ ਉਹਨਾਂ ਨੰਨੇ ਪਰਵਾਣਿਆਂ ਦੀ ਲੋੜ ਹੈਗੀ ਹੈ ਜੋ ਕਿ ਦੇਸ਼ ਦੀ ਆਜ਼ਾਦੀ ਦੇ ਲਈ ਮਤਵਾਲੇ ਸੀਗੇ।
ਚਾਹੇ ਅਸੀਂ ਭਗਤ ਸਿੰਘ ਹੋਰਾਂ ਦੀ ਗੱਲ ਕਰ ਲਈਏ, ਊਧਮ ਸਿੰਘ ਹੋਰਾਂ ਦੀ ਗੱਲ ਕਰ ਲਈਏ। ਇੱਕ ਮੈਂ ਤੁਹਾਨੂੰ ਜ਼ਿਕਰ ਕਰਨ ਲੱਗਿਆ, ਇੱਕ ਨੰਨਾ ਦੇਸ਼ ਦਾ ਪਰਵਾਨਾ ਸੀਗਾ, ਮਤਵਾਲਾ ਸੀਗਾ, ਜੋ ਕਿ ਦੇਸ਼ ਦੀ ਆਜ਼ਾਦੀ ਦੇ ਲਈ ਸਾਡੀ ਸਿੱਖ ਕੌਮ ਦੇ ਵਿੱਚ ਸੀਗਾ। ਟੈਂਕ ਦੇ ਅੱਗੇ ਉਹਨੂੰ ਖੜਾ ਕੀਤਾ ਗਿਆ, ਲੇਕਿਨ ਉਹਦੀ ਜਿਹੜੀ ਹਾਈਟ ਸੀਗੀ ਉਹ ਨਹੀਂ ਪਹੁੰਚਦੀ ਸੀਗੀ ਉਹਦੇ ਕੋਲ, ਲੇਕਿਨ ਉਹ ਪੱਥਰ ਲੈ ਕੇ ਆਇਆ। ਪੱਥਰ ਲੈਣ ਤੋਂ ਬਾਅਦ ਉਸ ਪੱਥਰ ਦੇ ਉੱਤੇ ਖੜਾ ਹੋਇਆ ਔਰ ਕਿਹਾ ਕਿ ਹੁਣ ਚੜਾ ਦਿਓ ਤੋਪ। ਇਹ ਆਜ਼ਾਦੀ ਦੇ ਲਈ, ਦੇਸ਼ ਦੀ ਆਜ਼ਾਦੀ ਦੇ ਲਈ ਉਹਨੇ ਆਪਣੇ ਆਪ ਨੂੰ ਕੁਰਬਾਨ ਕੀਤਾ। ਅਤੇ ਮੈਂ ਜਿਹੜੀ ਗੱਲਾਂ ਤੁਹਾਡੀਆਂ ਸਮਝਣੇ ਕਿ ਲੋੜ ਹੈਗੀ ਹੈ ਅਜਿਹੇ ਪਰਵਾਨਿਆਂ ਦੀ, ਅਜਿਹੇ ਮਤਵਾਲਿਆਂ ਦੀ, ਜੋ ਕਿ ਇਹਨਾਂ ਮੁੱਦਿਆਂ ਦੇ ਉੱਤੇ ਕੁਰਬਾਨੀ ਦੇ। ਹੁਣ ਦੂਜੀ ਗੱਲ ਸੁਣੋਗੇ ਮੇਜਰ ਸਿੰਘ ਜੀ। ਜੀ ਜੀ ਜੀ, ਦੂਜੀ ਗੱਲ ਇਹ ਆ, ਜਦੋਂ ਹਿੰਦੁਸਤਾਨ ਦੀ ਆਜ਼ਾਦੀ ਵਾਸਤੇ ਜਿਹੜੇ ਸਾਡੇ ਸੂਰਮੇ ਲੜਦੇ ਸੀ, ਅੰਗਰੇਜ਼ ਗੌਰਮੈਂਟ ਨੇ ਉਹਨਾਂ ਨੂੰ ਅੱਤਵਾਦੀ ਕਿਹਾ, ਸਰਦਾਰ ਭਗਤ ਸਿੰਘ ਨੂੰ, ਸ਼ਹੀਦ ਊਧਮ ਸਿੰਘ ਨੂੰ ਤੇ ਸਰਦਾਰ ਕਰਤਾਰ ਸਿੰਘ ਸਰਾਭਾ ਨੂੰ। ਉਹਨਾਂ ਨੇ ਤਾਂ ਕਹਿਣਾ ਸੀ, ਅੰਗਰੇਜ਼ ਨੇ ਜਿਹੜੇ ਅੱਜ ਹਿੰਦੁਸਤਾਨ ਤੇ ਰਾਜ ਕਰਦੇ ਆ, ਇਹਨਾਂ ਦੀਆਂ ਚਿੱਠੀਆਂ ਪੜ੍ਹ ਲਓ, ਇਹਨਾਂ ਦੀਆਂ ਅਖਬਾਰਾਂ ਕੱਢ ਲਓ। ਮਹਾਤਮਾ ਗਾਂਧੀ ਨੇ ਭਗਤ ਸਿੰਘ ਨੂੰ ਵੀ ਕਿਹਾ ਅੱਤਵਾਦੀ, ਉਹਨੇ ਆਪਣੇ ਸਰਦਾਰ ਊਧਮ ਸਿੰਘ ਨੂੰ ਵੀ ਅੱਤਵਾਦੀ ਕਿਹਾ। ਉਹਨੇ ਕਿਹਾ ਸ਼ਰਮ ਆਉਂਦੀ ਆ ਮੈਨੂੰ ਇਹਨਾਂ ਦੀ ਕਾਰਵਾਈ ਉੱਤੇ। ਅੱਜ ਵੀ ਹਿੰਦੁਸਤਾਨ ਆਜ਼ਾਦ ਹੋ ਗਿਆ, ਜਿਹੜੇ ਹਿੰਦੁਸਤਾਨ ਦੀ ਆਜ਼ਾਦੀ ਲਈ ਬੋਲਦੇ, ਇਹਨਾਂ ਨੂੰ ਪੁੱਛੋ ਸਰਦਾਰ ਭਗਤ ਸਿੰਘ ਨੂੰ ਉਹਨੂੰ ਦੇਸ਼ ਭਗਤ ਮੰਨਦੇ ਆ ਕਿ ਜਾਂ ਉਹਨੂੰ ਅੱਤਵਾਦੀ? ਅੱਜ ਵੀ ਉਹ ਅੱਤਵਾਦੀ ਆ। ਇਹ ਕੌਣ ਕਰਾਉਂਦਾ? ਸਾਨੂੰ ਖੂੰਜੇ ਲਾਇਆ ਜਾ ਰਿਹਾ, ਜਦੋਂ ਸਾਨੂੰ ਕਾਰਨਰ ਵਿੱਚ ਲੈ ਗਏ ਆ ਉਹ। ਦੱਸੋ, ਜੇ ਖੂੰਜੇ ਲਾ ਲਿਆ, ਸਾਨੂੰ ਕੰਧਰਾ ਖੜੇ ਕਰ ਦਿੱਤਾ ਤੇ ਸਿੱਖ ਕਰ ਜਾਣ ਕਿੱਧਰ ਨੂੰ? ਮੈਂ ਬਿਲਕੁਲ ਹਰਭਜਨ ਸਿੰਘ ਹੋਣਾ ਦੀ ਗੱਲ ਨਾਲ ਸਹਿਮਤ ਆ, ਪਰ ਮੈਂ ਇੱਕ ਗੱਲ ਜ਼ਰੂਰ ਕਹਿੰਦਾ ਹਰਭਜਨ ਸਿੰਘ ਜੀ, ਦੇਖੋ ਸਾਨੂੰ ਖੂੰਜੇ ਲਾ ਕੇ ਸਾਨੂੰ ਅੱਤਵਾਦੀ ਬਣਾਉਣ ਵਾਲਾ। ਦੂਸਰੀ ਗੱਲ ਇੱਕ ਮੈਂ ਕਰਾਂ, ਜਿਹੜਾ ਅੱਜ ਦਿੱਲੀ ਦੇ ਵਿੱਚ ਜਸ਼ਨ ਮਨਾਏ ਜਾ ਰਿਹਾ ਆਜ਼ਾਦੀ ਦੇ, ਅਸੀਂ ਵੀ ਕਹਿੰਦੇ ਹਾਂ ਬੜੀ ਮਹਿੰਗੀ ਕੁਰਬਾਨੀ ਸਾਨੂੰ ਆਜ਼ਾਦੀ ਮਿਲੀ ਆ ਹਰਕੀਰ ਸਿੰਘ ਜੀ, ਪਰ ਅੱਜ ਦਿੱਲੀ ਸ਼ਹਿਰ ਦੇ ਵਿੱਚ 35 ਸਾਲ ਤੋਂ ਆਪਣਾ ਸੱਜਣ ਕੁਮਾਰ ਤੇ ਟਾਈਟਲਰ ਦੋਨੇ ਮੰਨ ਚੁੱਕੇ ਆ ਕਿ ਅਸੀਂ ਸਿੱਖ ਕਤਲ ਕਰਾਏ ਆ। ਉਹ ਸ਼ਰੇਆਮ ਉਹਨਾਂ ਦੀ ਵੀਡੀਓ ਮਿਲਦੀ ਆ, ਉਹ ਯਾਰੋ ਉਸੇ ਰਾਜਧਾਨੀ ਦੇ ਵਿੱਚ ਉਹਨਾਂ ਨੂੰ ਮਿਨਿਸਟਰੀਆਂ ਦਿੱਤੀਆਂ ਜਾ ਰਹੀਆਂ, ਉਹ ਬੋਦੇ ਚੁੱਪੜ ਕੇ ਵਿਚਾਰਾਂ 'ਚ ਫਿਰ ਰਹੇ ਆ। ਤੇ ਸਾਡੀਆਂ ਬੀਬੀਆਂ ਵਿਡੋ ਕਲੋਨੀ, ਦੱਸੋ ਮੈਨੂੰ ਦੁਨੀਆਂ ਦੇ ਕਿਸ ਆਜ਼ਾਦ ਦੇਸ਼ ਦੇ ਵਿੱਚ ਵਿਡੋ ਕਲੋਨੀ ਆ? ਇੱਕ ਦੇਸ਼ ਦਾ ਨਾਂ ਲੈ ਦਿਓ ਮੈਨੂੰ ਜਿੱਥੇ ਵਿਡੋ ਕਲੋਨੀ ਬਣੀ ਹੋਈ ਆ। ਸਾਡੀਆਂ ਵਿਧਵਾਵਾਂ ਪਹਿਲਾਂ ਉਹਨਾਂ ਦੇ ਬੱਚੇ ਮਾਰੇ, ਉਹਨਾਂ ਦੇ ਆਦਮੀ ਮਾਰੇ, ਉਹਨਾਂ ਦੇ ਭਰਾ ਮਾਰੇ, ਤੇ ਹੁਣ ਵਿਡੋ ਕਲੋਨੀ ਉਸੇ ਰਾਜਧਾਨੀ ਦਿੱਲੀ ਰਾਜਧਾਨੀ ਵਿਡੋ ਕਲੋਨੀ ਆ ਸਿੱਖਾਂ ਦੀਆਂ ਔਰਤਾਂ ਦੀ। ਤੇ ਜੇ ਅਸੀਂ ਹੁਣ ਗੱਲ ਕਰਦੇ ਹਾਂ ਤਾਂ ਕਹਿੰਦੇ ਜੀ ਧਰਮ ਦਾ ਵਿਸ਼ਾ ਲਿਆਉਂਦੇ ਆ, ਅਸੀਂ ਨਹੀਂ ਲਿਆਉਂਦੇ ਧਰਮ ਦਾ ਵਿਸ਼ਾ। ਸਾਨੂੰ ਖੂੰਜੇ ਲਾ ਲਿਆ ਉਹਨਾਂ ਨੇ, ਸਾਡਾ ਜਿਨੋਸਾਈਡ ਕੀਤੀ, ਸਾਡਾ ਨਸਲ ਕੁਸ਼ੀ ਕੀਤੀ ਆ। ਉਹ ਯਾਰੋ ਪਾਣੀ ਦੇ ਮੋਰਚਾ ਲਾਇਆ ਤੇ 1.5 ਲੱਖ ਉਹਨਾਂ ਦਾ ਤਰਕ ਹੁਣ ਸਾਹਮਣੇ ਆ ਆਉਂਦਾ ਕਿ ਜੇਕਰ ਤੁਹਾਡੇ ਜ਼ਹਿਨ ਦੇ ਵਿੱਚ, ਤੁਹਾਡੇ ਦਿਲਾਂ ਦੇ ਵਿੱਚ ਅਜਿਹੀਆਂ ਗੱਲਾਂ ਹੈਗੀਆਂ ਤਾਂ ਤੁਸੀਂ ਆਓ, ਟੇਬਲ ਟਾਕ ਕਰੋ, ਸਾਡੇ ਨਾਲ ਬੈਠੋ। ਮੈਂ ਕਈ ਵਾਰ ਬੁਲਾਰਿਆਂ ਨੂੰ ਭਾਰਤ ਤੋਂ ਕੇਂਦਰ ਸਰਕਾਰ ਦੇ ਜਿਹੜੇ ਬੁਲਾਰੇ ਨੇ BJP ਦੇ, ਉਹਨਾਂ ਨੂੰ ਸਾਹਮਣੇ ਲੈ ਕੇ ਆ ਚੁੱਕਿਆ ਮੁੱਦੇ ਦੇ ਵਿੱਚ, ਔਰ ਉਹਨਾਂ ਨੇ ਕਿਹਾ ਕਿ ਜੇਕਰ ਤੁਹਾਡੀਆਂ ਕੋਈ ਪਰੇਸ਼ਾਨੀਆਂ ਹੈਗੀਆਂ ਤਾਂ ਤੁਸੀਂ ਸਾਡੇ ਨਾਲ ਆਓ, ਟੇਬਲ ਟਾਕ ਕਰੋ, ਅਸੀਂ ਬਹਿੰਦੇ। ਔਰ ਕਾਲੀ ਸੂਚੀ ਉਹ ਕਹਿੰਦੇ ਅਸੀਂ ਖਤਮ ਕਰ ਚੁੱਕੇ ਹਾਂ, ਜਿਹੜੇ ਹੋਰ ਕੇਸਿਸ ਹੈ ਉਹ ਵੀ ਅਸੀਂ ਖਤਮ ਕਰ ਰਹੇ ਹਾਂ, ਅਤੇ ਉਹ ਕਹਿ ਰਹੇ ਕਿ ਅਸੀਂ ਤਾਂ ਹੱਥ ਵਧਾ ਰਹੇ ਹਾਂ ਅੱਗੇ। ਹਰਕੀਰ ਸਿੰਘ ਜੀ, ਤੁਹਾਡੇ ਚੈਨਲ ਉੱਤੇ ਮੈਂ ਬੇਨਤੀ ਕਰ, ਤੁਹਾਡੇ ਚੈਨਲ ਤੇ 22 ਮਿੰਟ ਮੇਰੀ 22 ਮਿੰਟ ਦੀ ਕਾਲ ਲਈ ਆ ਰਿਆੜਵ ਸਾਹਿਬ ਨੇ, 22 ਮਿੰਟ ਵੀ ਆਪ ਮੈਨੂੰ ਨਿਊਯਾਰਕ ਤੋਂ ਕੀਤਾ ਸੀ, ਮੇਰਾ ਰਿਕਾਰਡ ਆ ਤੁਹਾਡੇ ਚੈਨਲ ਉੱਤੇ। ਮੈਂ ਐਲਾਨ ਕਰਕੇ ਕਹਿੰਦਾ ਕੋਈ ਬੰਦਾ ਉਹਨਾਂ ਦਾ ਬੋਲੇ, ਮੈਂ ਫੈਕਟ ਦੇ ਕੇ ਬੋਲੂੰਗਾ, ਮੈਂ ਤੱਥਾਂ ਦੇ ਬੋਲੂੰਗਾ। ਜਜ਼ਬਾਤੀ ਹੈਗਾ, ਮੈਂ ਪੋਇਟ ਆ, ਮੈਂ ਰਾਈਟਰ ਆ, ਪਰ ਬਿਨਾਂ ਤੱਥਾਂ ਤੋਂ ਮੈਂ ਕਦੇ ਗੱਲ ਨਹੀਂ ਕਰ ਦੇ, ਮੈਂ ਤੱਥ ਦੋ ਪੇਸ਼ ਕੀਤੇ ਆ। ਮੈਂ ਆਪ ਜਰਨਲਿਸਟ ਵੀ ਹਾਂ, ਮੈਂ ਪੋਇਟ ਵੀ ਹਾਂ, ਕਿਉਂਕਿ ਮੈਂ ਚੈਨਲਾਂ ਤੇ ਵੀ ਬੋਲਦਾ, ਮੈਂ ਅਖਬਾਰਾਂ 'ਚ ਲਿਖਦਾ, ਮੈਂ ਉੱਧਰ ਬਿਨਾਂ ਤੱਥਾਂ ਤੋਂ ਮੈਂ ਕਦੇ ਗੱਲ ਨਹੀਂ ਕਰਦਾ। ਜੇ ਕਿਤੇ ਮੇਰੇ ਕੋਲੋਂ ਬਗੈਰ ਤੱਥਾਂ ਤੋਂ ਗੱਲ ਕੀਤੀ ਗਈ ਹੋਵੇ, ਮੈਂ ਹੱਥ ਬੰਨ ਕੇ ਮਾਫ਼ੀ ਮੰਗਦਾ ਹੁੰਦਾ ਕਿ ਜੇ ਮੇਰੀ ਜਾਣਕਾਰੀ ਅਧੂਰੀ ਆ, ਮੇਰੀ ਜਾਣਕਾਰੀ ਪੂਰੀ ਕਰੋ, ਮੈਂ ਉਹਦਾ ਧੰਨਵਾਦ ਕਰੂੰਗਾ ਜਿਹੜਾ ਮੇਰੀ ਜਾਣਕਾਰੀ ਪੂਰੀ ਕਰੂਗਾ। ਤੁਹਾਡੇ ਚੈਨਲ ਉੱਤੇ, ਤੁਹਾਡੇ ਪ੍ਰੋਗਰਾਮ 'ਚ ਪਹਿਲੀ ਵਾਰੀ ਇੰਨਾ ਸਮਾਂ ਲਿਆ, ਅਤੇ ਤੁਹਾਡੀ ਜਿਹੜਾ ਸਹਿਣਸ਼ੀਲਤਾ ਦਾ ਮੈਂ ਦਾਦ ਦਿੰਦਾ ਹਾਂ, ਜਿਹੜੀ ਤੁਸੀਂ ਸਹਿਣਸ਼ੀਲਤਾ ਨਾਲ ਸੁਣਦੇ ਹੋ। ਕਿਸੇ ਨੇ ਮੇਰੀਆਂ ਇਹਨਾਂ ਗੱਲਾਂ ਦਾ ਜਵਾਬ ਦੇਣਾ ਹੋਵੇ, ਜਦ ਮਰਜ਼ੀ ਕਰੇ, ਤਾਂ ਹਾਲੇ ਬਹੁਤ ਕੁਛ ਮੇਰੇ ਕੋਲ ਦੱਸਣ ਨੂੰ ਆ। ਮੈਂ ਦੱਸਿਆ ਨਹੀਂ ਹੈ ਕਿ ਕੋਈ ਵੀ ਬੰਦਾ ਮੇਰੇ ਨਾਲ ਕਰੇ, ਉਹ ਵੀਡੀਓ ਕਾਨਫਰੰਸ ਕਰ ਲਵੇ ਮੇਰੇ ਨਾਲ। ਵੀਡੀਓ ਕਾਨਫਰੰਸ ਵੀ ਯਾਰ ਉਹਨਾਂ ਨੇ ਕਿਹਾ ਸੀ ਕਿ ਕਰਨੀ ਕਰਨ ਦਾ ਵੀ ਉਹਨਾਂ ਨਾਲ ਕਰੋ। ਤੁਸੀਂ ਰੰਧਾਵਾ ਜੀ ਮੈਨੂੰ ਮੇਲ ਕਰਕੇ info@justbroadcasting.com ਦੇ ਉੱਤੇ, ਹਰਕੀਰਤ@justbroadcasting.com ਦੇ ਉੱਤੇ ਆਪਣਾ ਨੰਬਰ ਔਰ ਆਪਣਾ
ਜਿਹੜੇ ਤੁਹਾਡੇ ਕੋਲ ਫੈਕਟਸ ਨੇ ਉਹ ਛੱਡ ਦਿਓ ਔਰ ਅਸੀਂ ਜ਼ਰੂਰ ਤੁਹਾਡੇ ਨਾਲ ਕੋਸ਼ਿਸ਼ ਕਰਾਂਗੇ ਕਿ ਇੱਕ ਦਿਨ ਤੁਹਾਨੂੰ ਜ਼ਰੂਰ ਅਸੀਂ ਮੁੱਦੇ ਦੇ ਵਿੱਚ ਵੀ ਲੈ ਕੇ ਆਈਏ ਔਰ ਜਿਹੜੇ ਤੁਹਾਡੇ ਕੋਲ ਤਰਕ ਹੈਗੇ ਨੇ ਜਿਹੜੇ ਕੋਲ ਤੁਹਾਡੇ ਕੋਲ ਰਿਸਰਚ ਹੈਗੀ ਹੈ ਉਹ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸੋ ਇਸ ਮੁਤਲਕ ਮੇਰੇ ਨਾਲ ਬੜੇ ਸਾਰੇ ਬਹੁਤ ਹਰਕੀਰ ਸਿੰਘ ਜੀ ਮਿਹਰਬਾਨੀ ਤੇ ਤੁਹਾਡੇ ਸਾਰੇ ਕਾਲਰਾਂ ਦਾ ਮੈਂ ਬਹੁਤ ਧੰਨਵਾਦ ਕਰਦਾ ਖਾਸ ਕਰਕੇ ਭੋਗਲ ਸਾਹਿਬ ਦਾ ਤੇ ਹਰਭਜਨ ਸਿੰਘ ਜੀ ਉਹਨਾਂ ਦਾ ਮੈਂ ਉਹਨਾਂ ਨੂੰ ਸੁਣਦਾ ਨਾ ਦੋਵੇਂ ਸਿਆਣੇ ਆ ਉਹ ਮੈਂ ਮੇਰੇ ਦਿਲ ਭਾਵੇਂ ਮੈਂ ਫੇਸ ਟੂ ਫੇਸ ਭਾਵੇਂ ਮਿਲਿਆ ਨਹੀਂ ਪਰ ਮੈਂ ਅੰਦਰੋਂ ਮਿੱਤਰ ਬਣਾਇਆ ਹੋ ਉਹਨਾਂ ਨੂੰ ਚਲੋ ਅਸੀਂ ਸਾਡੀ ਵੀ ਕੋਸ਼ਿਸ਼ ਰਹਿੰਦੀ ਹੈ ਕਿ ਉਹ ਸਾਰੇ ਬੁੱਧੀਜੀਵੀਆਂ ਨੂੰ ਸਾਰੇ ਸੂਝਵਾਨਾਂ ਨੂੰ ਜੋ ਕਿ ਇਸ ਮੁਤਲਕ ਬਹੁਤ ਵਧੀਆ ਵਿਚਾਰ ਰੱਖਦੇ ਨੇ ਔਰ ਉਹਨਾਂ ਦੀ ਵਿਚਾਰਧਾਰਾ ਤੁਹਾਡੇ ਸਾਹਮਣੇ ਲੈ ਕੇ ਆਈਏ ਕੋਸ਼ਿਸ਼ ਸਾਡੀ ਹਮੇਸ਼ਾ ਰਹਿੰਦੀ ਹੈ ਇੱਥੇ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਕਿ ਸਾਨੂੰ ਕਾਫੀ ਸਾਰੀ ਮੇਲਸ ਆਉਂਦੀ ਹੈ ਕਿ ਸਾਡਾ ਫੋਨ ਤੁਸੀਂ ਚੁੱਕਦੇ ਨਹੀਂ ਹੋਗੇ ਅਸੀਂ ਗੱਲ ਕਰਨਾ ਚਾਹੁੰਦੇ ਹਾਂ ਤੁਹਾਡੇ ਨਾਲ ਔਰ ਕਈ ਸਾਨੂੰ ਕਾਲਸ ਵੀ ਆਈਆਂ ਚੈਨਲ ਦੇ ਉੱਤੇ ਅਤੇ ਮੈਂ ਉਹਨਾਂ ਦਰਸ਼ਕਾਂ ਨੂੰ ਜ਼ਰੂਰ ਕਹਿਣਾ ਚਾਹੁੰਦਾ ਕਿ ਜੇਕਰ ਤੁਸੀਂ ਸਾਨੂੰ ਕਾਲ ਕਰਦੇ ਹੋ ਤਾਂ ਫੋਨ ਕਾਲ ਨੂੰ ਕੱਟਿਆ ਨਾ ਕਰਿਓ ਜਦ ਤੁਹਾਨੂੰ ਉਹ ਟਿਊਨ ਸੁਣਾਈ ਦਿੰਦੀ ਹੈ ਤਾਂ ਅਸੀਂ ਉਹ ਕਿਊ ਦੇ ਵਿੱਚ ਪਾ ਦਿੰਦੇ ਹਾਂ ਹੋਲਡ ਦੇ ਵਿੱਚ ਪਾ ਦਿੰਦੇ ਹਾਂ ਔਰ ਇੱਕ ਇੱਕ ਕਰਕੇ ਅਸੀਂ ਉਹ ਸਾਰੀ ਕਾਲਸ ਲੈਂਦੇ ਹਾਂ ਤੁਸੀਂ ਫੋਨ ਨੂੰ ਕੱਟਿਆ ਨਾ ਕਰਿਓ ਅਤੇ ਅਸੀਂ ਇਹ ਰਿਕੁਐਸਟ ਆਪਣੇ ਸਾਰੇ ਦਰਸ਼ਕਾਂ ਨੂੰ ਜ਼ਰੂਰ ਕਰ ਰਹੇ ਹਾਂ ਔਰ ਮੈਂ ਵੇਖ ਰਿਹਾ ਕਿ ਹੁਣ ਤੁਸੀਂ ਮੈਨੂੰ ਕਾਲ ਕਰ ਰਹੇ ਹੋ ਤੁਸੀਂ ਕਾਲ ਕਰ ਵੀ ਸਕਦੇ ਹੋ ਮੈਂ ਕਿਊ ਦੇ ਵਿੱਚ ਪਾ ਰਿਹਾ ਔਰ ਕੋਸ਼ਿਸ਼ ਕਰਾਂਗਾ ਕਿ ਤੁਹਾਡੀ ਕਾਲਸ ਜਿਹੜੀ ਹੈ ਮੈਂ ਇਸ ਬ੍ਰੇਕ ਤੋਂ ਉਸ ਪਾਰ ਜ਼ਰੂਰ ਲਵਾਂ।